इस वेले दी अहम खबर लुधियाना दे विच होई करोड़ा रुपए की डकैती मामले दे नाल जुड़ी हुई है। पुलिस ने लुधियाना दे विच एटीएम कैश कंपनी सीएमएस दे विच 8.5 करोड़ की लुट की मास्टरमाइंड मनदीप कौर उर्फ मोना नू गिरफ्तार कर लिया गया है। पंजाब पुलिस ने मोना नू उसके पति जसविंदर समेत उत्तराखंड तो गिरफ्तार किया है। एक धार्मिक स्थान दे विच लुके हुए सन। लुट की मास्टरमाइंड मनदीप कौर उर्फ मोना अते जसविंदर सिंह। पुलिस के मुताबिक मनदीप कौर मोना ने कंपनी के मुलाजम मनजिंदर मणि के नाल मिल के सारी लुट नू अंजाम दिता सी, जिस दे विच मनदीप दा पति जसविंदर सिंह अते भरा भी उसके नाल शामिल सन। ऐसे गिरफ्तारी नू लैके लुधियाना दे पुलिस कमिश्नर मनदीप सिद्धू ने एक प्रेस कॉन्फ्रेंस करके की खुलासा किया, वह भी तुहानू सुणाउंदे आ। वारदात इन्हां दी कामयाबी मिलन तो बाद ए मनदीप ते जसविंदर है जिहड़े इहदे विच हेमकुंट साहब दे विच जाके आपदी सुख लाउण लई गए सी, ते उहदे विच जिहड़ी इह गल होई भी गए तां इह सी शुकराने दी सुख लाउण लई। जदों उह पहुंचण तों पहलां इहनां नूं मैसेज मिल गया कि तुहाडे कोई साथी गिरफ्तार हो गए, फिर इहनां ने मत्था टेकिया उत्ते जाके, हेमकुंट साहब मत्था टेकिया, ते आ जिहड़ी फोटो है हेमकुंट साहब दे उत्थे मत्था टेकण तों बाद दी फोटो है, जदों थोड़ी थोड़ी किनमिन हो रही सी, ते पर उहदे च इहनां ने मत्था भुल बखशाउण लई टेकिया, फिर भी जिहड़ी साथों भुल हो गई शुकराने की बजाय जिहड़ी इन्हां वल्लों भुल होई सी उस भुल दा इन्हां ने मत्था टेकिया। एक्चुअल दे विच जिहड़ी आपां तुहानूं पहलां डिस्कस कीता सी वी दो मॉड्यूल सी, इहदे विच पंज जणे कार दे विच सी, कार वाले मॉड्यूल नूं मनदीप उर्फ मोना लीड कर रही सी, दूजे पासे जिहड़ा हैगा मनजिंदर उर्फ मणि जिहड़ा सीएमएस कंपनी दे विच 4 साल तों पक्का इंप्लाई है ਉਹ ਉਸ ਦੂਜੇ ਗਰੁੱਪ ਨੂੰ ਲੀਡ ਕਰ ਰਿਹਾ ਸੀ। ਤੇ ਉਹਦੇ ਵਿੱਚ ਜਦੋਂ ਇਹ ਵਾਰਦਾਤ ਤੋਂ ਬਾਅਦ ਇਹ ਸਾਰੇ ਜਿਹੜੇ ਇਹਨਾਂ ਨੂੰ ਜਿਹੜਾ ਹੈਗਾ ਗੋਪਾ ਨਾਂ ਦਾ ਲੜਕਾ ਜਿਹੜਾ ਹਜੇ ਵਾਂਟਡ ਹੈ, ਇਹਦੇ ਤੁਸੀਂ ਤਿੰਨ ਜਿਹੜੇ ਮੈਂ ਤੁਹਾਨੂੰ ਹਜੇ ਲਿਖਾਉਣਾ ਹੈ ਜਿਹੜੇ ਵਾਂਟਡ ਹੈ, ਉਹਦੇ 'ਚ ਹੈਗਾ ਅਰਨ ਕੋਚ ਨੰਨੀ ਐਂਡ ਗੋਪਾ, ਜਿਹੜੇ ਗੋਪਾ ਇਹ ਜਿਹੜੇ ਤਿੰਨ ਜਣੇ ਵਾਂਟਡ ਹੈ। ਅਸਲ ਦੇ ਵਿੱਚ ਜਦੋਂ ਇਹਨਾਂ ਨੂੰ ਗੋਪਾ ਉਸ ਦਿਨ ਕਾਰ ਜਿਹੜੀ ਵਾਰਦਾਤ ਹੋਈ ਸੀ ਗੋਪਾ ਕਾਰ 'ਚ ਉਤਾਰ ਕੇ ਅੱਗੇ ਚਲਿਆ ਗਿਆ ਸੀ, ਅੱਗੇ ਜਾਣ ਤੋਂ ਬਾਅਦ ਫਿਰ ਕਾਰ ਵਾਪਸ ਲੈ ਗਿਆ ਸੀ। ਵਾਰਦਾਤ ਹੋਣ ਤੋਂ ਬਾਅਦ ਗੋਪਾ ਉਹਨੂੰ ਜਿਹੜਾ ਅਸੀਂ ਜਿਹੜਾ ਅਗਲਾ ਤੀਜਾ ਬੰਦਾ ਅਰੈਸਟ ਕੀਤਾ ਦੋਸ਼ੀ ਗੌਰਵ ਉਰਫ ਗੁਲਸ਼ਨ, ਉਹ ਵਾਰਦਾਤ ਵਿੱਚ ਸ਼ਾਮਿਲ ਨਹੀਂ ਸੀ, ਪਰ ਜਦੋਂ ਲੈਣ ਆਏ ਸੀ ਕਾਰ ਦੇ ਵਿੱਚ ਬਰਨਾਲੇ ਤੋਂ ਉਹ ਉਹਨਾਂ ਦੇ ਨਾਲ ਬੈਠ ਕੇ ਆਇਆ ਸੀ। ਉਹਨੇ ਨੰਨੀ ਤੇ ਅਰਨ ਕੋਚ ਨੂੰ ਬੱਸ ਸਟੈਂਡ ਇੱਥੇ ਆਪਣੇ ਲੁਧਿਆਣੇ ਉਹਦੇ ਵਿੱਚੋਂ ਕਾਰ ਦੇ ਵਿੱਚ ਪਿੱਕ ਕੀਤਾ। ਕਾਰ ਵਿੱਚ ਪਿੱਕ ਕਰਨ ਤੋਂ ਬਾਅਦ ਕਿਉਂਕਿ ਜਿੱਧਰ ਕੈਸ਼ ਵੈਨ ਲੈ ਗਈ ਸੀ, ਕਿਉਂਕਿ ਇਹ ਖਿੜ ਕੇ ਜਦੋਂ ਚਲੇ ਗਏ ਸੀ ਜਦੋਂ ਵਾਰਦਾਤ ਤੋਂ ਬਾਅਦ ਕੈਸ਼ ਵੈਨ ਤੋਂ ਜਾਣ ਤੋਂ ਬਾਅਦ ਇੱਕ ਵਾਰੀ ਕੈਸ਼ ਵੈਨ ਉੱਥੇ ਖੜੀ ਕਰਨ ਤੋਂ ਬਾਅਦ ਤੁਰ ਕੇ ਵੱਖ ਵੱਖ ਆਪਦੇ ਆ ਗਏ ਸੀ। ਜਿਹੜਾ ਅਰਨ ਤੇ ਨੰਨੀ ਕੋਚ ਹੈ ਉਹ ਬੱਸ ਸਟੈਂਡ ਤੇ ਆ ਗਏ ਸੀ, ਇਹਨਾਂ ਨੇ ਆਪਦਾ ਤਾਲਮੇਲ ਕਰਕੇ ਉੱਥੋਂ ਕਾਰ ਉਧਰੋਂ ਆ ਗਈ, ਕਾਰ ਦੇ ਵਿੱਚ ਬੈਠੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਾਰ ਦੇ ਵਿੱਚ ਬੈਠ ਕੇ ਵਾਇਆ ਰਾਏਕੋਟ ਤੇ ਵਾਪਸ ਲੈ ਕੇ ਜਾ ਕੇ ਜਿਹੜਾ ਕੈਸ਼ ਇਹਨਾਂ ਨੇ ਉੱਥੇ ਰੱਖਿਆ ਸੀਗਾ, ਜਿਹੜਾ ਪਹਿਲਾਂ ਖਤਾਨ ਦੇ ਵਿੱਚ ਜਿੱਥੇ ਕਿ ਕੁਛ ਜਾਣਿਆਂ ਨੇ ਕਵਰ ਕੀਤਾ ਸੀ, ਸੜਕ ਤੋਂ ਪਾਸੇ ਜਾ ਕੇ ਜਿਹੜੇ ਝਾੜੀਆਂ ਦੇ ਵਿੱਚ ਜਾ ਕੇ ਕੈਸ਼ ਲਾਤਾ ਸੀ, ਜਿਹੜੀ ਕੈਸ਼ ਵੈਨ ਗਈ ਸੀ ਉਹ ਪਿੰਡ ਦਾ ਨਾਂ ਭੁੱਲ ਗਿਆ, ਟੱਟ ਪਿੰਡ ਦੇ ਵਿੱਚ ਨੇੜੇ ਜਾ ਕੇ ਜਿਹੜਾ ਕੈਸ਼ ਵੈਨ ਲਾਇਆ ਸੀ ਵੈਨ ਨੂੰ ਵਾਪਸ ਲੁਧਿਆਣੇ ਵੱਲ ਨੂੰ ਮੂੰਹ ਕਰਕੇ ਖੜਾ ਕਰ ਦਿੱਤਾ ਗਿਆ ਸੀ, ਇਹ ਵਾਪਸ ਜਾ ਕੇ ਉਹਦੇ ਵਿੱਚੋਂ ਕੈਸ਼ ਲੱਦ ਕੇ ਕੁਛ ਕੈਸ਼ ਜਿਹੜਾ ਜਿੰਨਾ ਸੀ ਆਪਦਾ ਬੰਦਾ ਇਹਨਾਂ ਨੇ ਸੋਚਿਆ ਸੀ ਹਿੱਸਾ, ਕਿਉਂਕਿ ਗਿਣਿਆ ਤਾਂ ਹੈ ਨਹੀਂ ਸੀ, ਬੈਗ ਲੱਦ ਕੇ ਤੇ ਉਹ ਵਾਪਸ ਉਹਦੇ ਵਿੱਚ ਚਲੇ ਗਏ ਸੀ ਬਰਨਾਲੇ। ਤੇ ਉਹ ਜਿਹੜੀ ਕੈਸ਼ ਵਾਲੀ ਕਾਰ ਹੈ ਉਹ ਮਨਦੀਪ ਮੋਨਾ ਨੇ ਜਿੱਥੇ ਲਵਾਈ ਸੀ ਉਹਦੇ ਭੱਜੇ ਜਾਣ ਤੋਂ ਬਾਅਦ ਅਸੀਂ ਫੜ ਲਈ, ਰਿਕਵਰ ਹੋ ਗਈ। ਹੁਣ ਇਹਨਾਂ ਦੇ ਵਿੱਚੋਂ ਜਿਹੜਾ ਹੁਣ ਜਿਹੜੇ ਫੜੇ ਹੈ ਇਹਨਾਂ ਦੇ ਵਿੱਚੋਂ ਮਨਦੀਪ ਉਰਫ ਮੋਨਾ ਤੋਂ 12 ਲੱਖ ਰੁਪਇਆ, ਇਹ 12 ਲੱਖ ਰੁਪਇਆ ਇਹਦੇ ਮਦਰ ਦਾ ਸਕੂਟਰ ਹੈ ਜਿਹਦਾ ਜਿਹੜਾ ਸਕੂਟਰ ਦੇ ਵਿੱਚ ਡਿੱਕੀ ਦੇ ਵਿੱਚ ਪਿਆ, ਗੁਜਰਾ ਪਿੰਡ ਦਿੜਬੇ ਤੋਂ ਅਸੀਂ ਉਹਨੂੰ ਰਿਕਵਰ ਕੀਤਾ।
ਜਿਹੜਾ ਇਹਦੇ ਚ ਹੈਗਾ ਗੁਲਸ਼ਨ ਗੌਰਵ ਔਰ ਦੋਸ਼ੀ ਗੌਰਵ ਉਰਫ ਗੁਲਸ਼ਨ ਉਹਨੂੰ ਗਿੱਦੜਵਾ ਤੋਂ ਅੱਜ ਗ੍ਰਿਫਤਾਰ ਕੀਤਾ। ਉਹਦੇ ਵਿੱਚ ਉਹਨੂੰ ਅਸੀਂ ਗਿੱਦੜਵਾ ਤੋਂ ਉਹਨੂੰ ਅਰੈਸਟ ਕੀਤਾ। ਹੁਣ ਇਹਦੇ ਵਿੱਚ ਜਿਹੜੀ ਲਗਭਗ ਪਹਿਲਾਂ 5,75,00,000 ਤੇ ਹੁਣ 21 ਲੱਖ ਹੋਰ ਇਹ ਕੈਸ਼ ਇੰਨਾ ਰਿਕਵਰ ਹੋ ਚੁੱਕਿਆ। ਹਜੇ ਪਹਿਲੇ ਦੋਸ਼ੀਆਂ ਦਾ ਕਿੰਨੇ ਦਿਨ ਦਾ ਰਿਮਾਂਡ ਮਿਲਿਆ? ਚਾਰ। ਪਹਿਲੇ ਦੋਸ਼ੀਆਂ ਦਾ ਅੱਜ ਕੋਰਟ ਚ ਪੇਸ਼ ਕੀਤੇ ਸੀ, 4 ਦਿਨ ਦਾ ਰਿਮਾਂਡ ਮਿਲ ਗਿਆ। ਇਹਨਾਂ ਨੂੰ ਅਸੀਂ ਜਾ ਕੇ ਪੇਸ਼ ਕਰਾਂਗੇ ਅੱਜ। ਇਹ ਜਿਹੜੀ ਆ ਲੇਟ ਨਾਈਟ ਜਦੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਉਦੋਂ ਸਾਡੀ ਪੁਲਿਸ ਪਾਰਟੀ ਨੇ, ਜਿਹਦੇ ਵਿੱਚ ਇੰਸਪੈਕਟਰ ਕੁਲਵੰਤ ਸਿੰਘ ਤੇ ਇੰਸਪੈਕਟਰ ਬੇਅੰਤ ਜਨੇਜਾ ਜਿਹੜੇ ਆ ਉਹਨਾਂ ਨੇ ਉੱਥੋਂ ਜਾ ਕੇ ਹੇਮਕੋਟ ਦੇ ਰਸਤੇ ਤੋਂ ਇਹਨਾਂ ਨੇ ਇਹਨਾਂ ਨੂੰ ਉਹਦੇ ਰਸਤੇ ਦੇ ਵਿੱਚ ਫੜ ਲਿਆ ਤੇ ਉਸ ਤੋਂ ਬਾਅਦ ਆ ਕੇ ਉਹਦੇ ਤੋਂ ਪੁੱਛਗਿੱਛ ਇਨੀਸ਼ੀਅਲ ਕੀਤੀ ਸਾਡੇ ਕੋਲੇ। ਇਹਨਾਂ ਦੇ ਪਰਿਵਾਰ ਦੇ ਵਿੱਚੋਂ ਬੰਦਿਆਂ ਨੂੰ ਅਸੀਂ ਕੁਛ ਨੂੰ ਰਿਸ਼ਤੇਦਾਰੀ ਵਿੱਚੋਂ ਬੰਦਿਆਂ ਨੂੰ ਰੋਪ ਇਨ ਕਰ ਲਿਆ ਸੀ, ਜਿਹਨੇ ਹੁਲੀਆ ਦੱਸਿਆ ਸੀ ਵੀ ਇਸ ਟਾਈਪ ਦੇ ਕੱਪੜੇ ਪਾਏ ਹੋ ਸਕਦੇ ਆ, ਜਿਹਦੇ ਵਿੱਚੋਂ ਇਹਦੇ ਵਿੱਚ ਉਹਨੂੰ ਇਹਦੇ ਸਨੀਕਰਸ ਬਾਰੇ ਦੱਸਿਆ ਗਿਆ ਸੀ ਖਾਸ ਤੌਰ ਤੇ ਵੀ ਕਿਸ ਟਾਈਮ ਦੇ ਜਿਹੜੇ ਸਨੀਕਰਸ ਆ ਜਿਹੜੀ ਮਨਦੀਪ ਮੋਨਾ ਨੇ ਜਿਹੜੇ ਪਾਏ ਹੋਏ ਆ ਚੌੜੇ ਚਿੱਟੇ ਫਲੈਟ ਵਾਲੇ ਤੇ ਪਿੰਕ ਐਂਡ ਪਲੱਸ ਵਾਈਟਿਸ਼ ਕਲਰ ਵਾਲੇ ਜਿਹੜੇ ਸਨੀਕਰ ਆ ਉਹ ਪਾਏ ਹੋਏ ਆ ਤੇ ਉਹਦੇ ਬਾਰੇ ਸਾਰੀ ਡਿਟੇਲ ਜਿੰਨੀ ਜਿੰਨੀ ਸਾਨੂੰ ਕੱਪੜਿਆਂ ਤੋਂ ਜਿਹੜੀ ਦਿੱਤੀ ਵੀ ਸੀ ਡਿਟੇਲ, ਉਸ ਡਿਟੇਲ ਦੇ ਹਿਸਾਬ ਤੇ ਇਹਨਾਂ ਨੂੰ ਫੜਨ ਚ ਕਾਮਯਾਬ ਹੋਏ ਆ। ਲੁਧਿਆਣਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।